ਸੂਬੇ ਸਰਹੰਦ ਨੇ ਇਸਲਾਮੀ ਸਿੱਖਿਆਵਾਂ ਨੂੰ ਤੋੜ ਕੇ ਹੀ ਛੋਟੇ ਸਾਹਿਬਜ਼ਾਦੇ ਨੂੰ ਸ਼ਹੀਦ ਕੀਤਾ ਸੀ। ਇਸ ਲਈ ਉਹ ਇਸਲਾਮ ਦਾ ਮੁਜਰਮ ਪਹਿਲਾਂ ਹੈ, ਸਿੱਖੀ ਦਾ ਮੁਜਰਮ ਮਗਰੋਂ ਹੈ। ਇਨਸਾਨ ਉਹ ਹੈ ਜਿਹਦੇ ਵਿੱਚ ਦੂਸਰਿਆਂ ਲਈ ਦਰਦ ਹੈ। ਜ਼ਾਲਮ ਕੋਈ ਵੀ ਹੈ, ਉਹ ਜ਼ਾਲਮ ਹੈ, ਸਜ਼ਾ ਦਾ ਹੱਕਦਾਰ ਹੈ। ਉਨ੍ਹਾਂ ਦਾ ਜੋ ਕਾਮ ਹੈ ਵੋ ਅਹਿਲੇ ਸਿਆਸਤ ਜਾਣੇ। ਮੇਰਾ ਪੈਗਾਮ ਜਾਂ ਹਮਾਰੇ ਸਿੱਖੂ ਸਾਂਝਾ ਦਾ ਪੈਗਾਮ ਮੁਹੱਬਤ ਹੈ ਜਹਾਂ ਤੱਕ ਪਹੁੰਚੇ। ਸ਼੍ਰੀ ਫਤਿਹਗੜ੍ਹ ਸਾਹਿਬ ਪਹੁੰਚੇ ਹਾਂ, ਉਹ ਮੁਹੱਬਤ ਦਾ ਪੈਗਾਮ ਲਾ ਕੇ ਜਿਹੜਾ ਸਾਡੇ ਗੁਰੂ ਸਾਹਿਬਾਨ ਸ਼੍ਰੀ ਗੁਰੂ ਨਾਨਕ ਸਾਹਿਬ ਨੇ ਦਿੱਤਾ, ਭਾਈ ਮਰਦਾਨੇ ਨੂੰ ਨਾਂ ਰੱਖੇ, ਅਤੇ ਪੰਜਵੀਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਦਿੱਤਾ, ਸਾਈ ਮੀਆਂ ਮੀਰ ਜੀ ਤੋਂ ਸ਼੍ਰੀ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰਖਾ ਕੇ। ਅਤੇ ਇਸ ਤੋਂ ਬੜੀ ਗੱਲ ਇਹ ਹੈ ਕਿ ਜਦੋਂ ਗੁਰੂ ਸਾਹਿਬ ਦਾ ਆਗਮ ਹੁੰਦਾ ਤਾਂ ਇੱਕ ਮੁਸਲਮਾਨ ਦਾਈ ਦੌਲਤਾਂ ਗੁਰੂ ਸਾਨੂੰ ਗੁਰਤੀ ਦਿੰਦੀ ਹੈ। ਇੱਥੇ ਅਸੀਂ ਪਹੁੰਚਦੇ ਹਾਂ ਆਪਣੇ ਭਰਾਵਾਂ ਦੇ ਦੁੱਖ 'ਚ ਗਮ 'ਚ ਸ਼ਾਮਿਲ ਹੋਣ ਲਈ। ਤਾਂ ਸ਼ਹੀਦੀ ਜੋੜ ਮੇਲੇ ਦੀਆਂ ਇਹ ਖੂਬਸੂਰਤ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਸਿੱਖ ਮੁਸਲਿਮ ਸਾਂਝਾਂ ਮਲੇਰਕੋਟਲਾ, ਇਹਨਾਂ ਨੇ ਲਿਖਿਆ, ਅਸੀਂ ਵਾਰਸ ਹਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਪ੍ਰੇਮ ਨਿਭਾਉਣ ਵਾਲੇ, ਛੋਟੇ ਸਾਹਿਬਜ਼ਾਦਿਆਂ ਦੇ ਹੱਕ ਵਿੱਚ ਹਾਅ ਦਾ ਨਾਰਾ ਮਾਰਨ ਵਾਲੇ ਨਵਾਬ ਸ਼ੇਰ ਮੁਹੰਮਦ ਖਾਨ ਦੇ। ਆਓ ਗੱਲਬਾਤ ਕਰਦੇ ਹਾਂ। ਤਾਂ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਟੀ ਵੀ। ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਆਪਣੇ ਚੈਨਲਾਂ ਦੇ ਰਾਹੀਂ ਮੈਨੂੰ ਸੰਗਤ ਦੇ ਰੂਬਰੂ ਹੋਣ ਦਾ ਮੌਕਾ ਦੇ ਰਹੇ ਹੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤਾਂ ਇਹ ਖੂਬਸੂਰਤ ਤਸਵੀਰ ਜਿੱਥੇ ਇਹਨਾਂ ਦਿਨਾਂ ਦੇ ਵਿੱਚ ਵਜੀਦ ਖਾਨ ਵੱਲੋਂ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣਵਾ ਦਿੱਤਾ ਜਾਂਦਾ, ਤਾਂ ਉੱਥੇ ਹੀ ਸਾਂਝੀ ਵਾਲਤਾ ਦਾ ਸੰਦੇਸ਼ ਦਿੰਦਾ ਤੁਹਾਡਾ ਲੰਗਰ, ਕੀ ਕਹਿਣਾ? ਸਾਰੀਆਂ ਤਾਰੀਫਾਂ ਉਸ ਰੱਬ ਲਈ ਨੇ ਜਿਹੜਾ ਸਾਰੇ ਜਗ ਦਾ ਸਾਜਨਹਾਰ ਅਤੇ ਪਾਲਨਹਾਰ ਹੈ। ਦੇਖੋ, ਇਸਲਾਮ ਦੀਆਂ ਮੁੱਢੀਆਂ ਸਿੱਖਿਆਵਾਂ 'ਚ ਇਹ ਹੈ ਕਿ ਜਿਹੜੀ ਸਾਰੀ ਲੁਕਾਈ ਹੈ, ਸਾਰੀ ਇਨਸਾਨੀਅਤ ਰੱਬ ਦਾ ਪਰਿਵਾਰ ਹੈ। ਅਤੇ ਦੂਸਰਾ ਇਨਸਾਨ ਉਹ ਹੈ ਜਿਹਦੇ ਵਿੱਚ ਦੂਸਰਿਆਂ ਲਈ ਦਰਦ ਹੈ। ਜ਼ਾਲਮ ਕੋਈ ਵੀ ਹੈ, ਉਹ ਜ਼ਾਲਮ ਹੈ, ਸਜ਼ਾ ਦਾ ਹੱਕਦਾਰ ਹੈ। ਜੇ ਸੂਬੇ ਸਰਹੰਦ ਨੇ ਮਾੜਾ ਕੰਮ ਕੀਤਾ ਹੈ ਤਾਂ ਇਸਲਾਮ ਤਾਂ ਉਹਨੂੰ ਇਸ ਚੀਜ਼ ਦੀ ਇਜਾਜ਼ਤ ਨਹੀਂ ਦਿੰਦਾ, ਅਤੇ ਨਾ ਮੁਸਲਮਾਨ ਕੌਮ ਦਿੰਦੀ ਹੈ। ਨਾ ਬੰਦਾ ਬੁਰਾ ਹੋ ਸਕਦਾ, ਧਰਮ ਨਹੀਂ, ਕੌਮ ਨਹੀਂ। ਔਰ ਇਹ ਵੀ ਸੱਚਾਈ ਹੈ ਕਿ ਹਰ ਕੌਮ 'ਚ ਚੰਗੇ ਮਾੜੇ ਲੋਕ ਹੁੰਦੇ ਨੇ। ਇੱਕ ਬੰਦੇ ਦੀ ਬੁਰਾਈ ਨਾਲ ਸਾਰੀ ਕੌਮ ਬੁਰੀ ਨਹੀਂ ਬਣ ਜਾਂਦੀ, ਅਤੇ ਇੱਕ ਬੰਦੇ ਦੀ ਚੰਗਿਆਈ ਨਾਲ ਸਾਰੀ ਕੌਮ ਚੰਗੀ ਨਹੀਂ ਹੋ ਸਕਦੀ ਨਾ। ਅਤੇ ਜੋ ਇਹ ਕੰਮ ਹੋਇਆ ਸੀ ਛੋਟੇ ਸਾਹਿਬਜ਼ਾਦਿਆਂ ਦਾ, ਉਹ ਇਨਸਾਨੀ ਵਿਰੋਧੀ ਤਾਂ ਇਸਲਾਮ ਵਿਰੋਧੀ ਵੀ ਸੀ, ਠੀਕ ਹੈ ਨਾ। ਕਿਉਂਕਿ ਮੈਂ ਅਕਸਰ ਕਿਹਾ ਹੈ ਵੀ ਸੂਬੇ ਸਰਹੰਦ ਨੇ ਇਸਲਾਮੀ ਸਿੱਖਿਆਵਾਂ ਨੂੰ ਤੋੜ ਕੇ ਹੀ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਸੀ। ਇਸ ਲਈ ਉਹ ਇਸਲਾਮ ਦਾ ਮੁਜਰਮ ਪਹਿਲਾਂ, ਸਿੱਖੀ ਦਾ ਮੁਜਰਮ ਮਗਰੋਂ ਹੈ, ਠੀਕ ਹੈ ਨਾ। ਅਤੇ ਇਸ ਕਰਕੇ ਅਸੀਂ ਹਰ ਸਾਲ ਇੱਥੇ ਸਾਹਿਬਜ਼ਾਦੀ ਛੋਟੇ ਸਾਹਿਬਜ਼ਾਦੀ ਸ਼ਹਾਦ ਦੇ ਮੌਕੇ 'ਤੇ ਜਿਹੜਾ ਦਿਨ ਨੇ ਇੱਥੇ ਅਸੀਂ ਪਹੁੰਚਦੇ ਹਾਂ ਆਪਣੇ ਭਰਾਵਾਂ ਦੇ ਦੁੱਖ 'ਚ ਗਮ 'ਚ ਸ਼ਾਮਿਲ ਹੋਣ ਲਈ, ਅਤੇ ਸੰਗਤ ਦੀ ਸੇਵਾ ਕਰਦੇ ਹਾਂ, ਅਤੇ ਆਪਣੀ ਜਿਹੜੀ ਕਿ ਇਨਸਾਨੀ ਜਿਹੜੀ ਭਾਈਚਾਰਕ ਸਾਂਝ ਹੈ, ਜਿਹੜੀ ਸਾਡੀ ਮੁੱਢਲੀ ਸਾਂਝ ਹੈ ਇੱਕ ਓਂਕਾਰ ਦੀ, ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ ਇੱਕੋ ਦੀ, ਉਹਦੇ ਨਾਲ ਅਸੀਂ ਸਾਡੇ ਅਕੀਦੇ ਦੀ ਸਾਂਝ ਹੈ ਉਹਨੂੰ ਲੋਕ ਦਰਸਾਉਣ ਲਈ। ਤਾਂ ਮੈਂ ਦੇਖ ਰਿਹਾ ਸੀ ਇਸੇ ਅਸਥਾਨ ਦੇ ਉੱਪਰ ਜਿੱਥੇ ਸ਼ਹੀਦੀ ਜੋੜ ਮੇਲਾ ਮਨਾਇਆ ਜਾ ਰਿਹਾ, ਤਾਂ ਬਹੁਤ ਹੀ ਖੂਬਸੂਰਤ ਤਸਵੀਰਾਂ ਸੀ ਉਹ ਇੱਥੇ ਦੀਆਂ ਜਦੋਂ ਤੁਸੀਂ ਨਮਾਜ਼ ਅਦਾ ਕਰਦੇ ਸੀ। ਤਾਂ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਧਾਰਮਿਕ ਕੱਟੜਤਾ ਜਾਂ ਲੋਕਾਂ ਨੂੰ ਲੜਾਉਂਦੇ ਪੜਾਉਂਦੇ ਨੇ ਆਪਸ ਦੇ ਵਿੱਚ? ਅਸਲ 'ਚ ਮੈਂ ਨਾ ਉਹ ਵਾਰ ਵਾਰ ਸ਼ੇਅਰ ਉਹੀ ਕਹਿਣਾ, ਮੈਂ ਇੱਕੋ ਹੀ ਸ਼ੇਅਰ ਉਹਦੇ ਵਾਸਤੇ। ਉਨ੍ਹਾਂ ਜੋ ਕੰਮ ਹੈ ਵੋ ਅਹਿਲੇ ਸਿਆਸਤ ਜਾਣੇ, ਸਿਆਸੀ ਲੋਕ ਕਹਿੰਦੇ, ਰਾਜਨੀਤਿਕ ਲੋਕ ਨੂੰ ਉਹ ਲੜਾਉਂਦੇ ਨੇ ਧਰਮ ਦੇ ਨਾਮ 'ਤੇ, ਕਦੇ ਇਲਾਕੇ ਦੇ ਨਾਮ 'ਤੇ, ਕਦੇ ਕੌਮਾਂ ਦੇ ਨਾਮ 'ਤੇ, ਕਦੇ ਭਾਸ਼ਾ ਦੇ ਨਾਮ 'ਤੇ, ਕਿਉਂਕਿ ਉਹਨਾਂ ਨੂੰ ਆਪਣੀ ਕੁਰਸੀ ਤੱਕ ਮਤਲਬ ਹੁੰਦਾ। ਔਰ ਸੰਸਾਰ ਦਾ ਇਤਿਹਾਸ ਗਵਾਹ ਹੈ ਕਿ ਜਿਹੜੇ ਹਾਕਮ ਹੁੰਦੇ ਨੇ ਉਹਨਾਂ ਲਈ ਪਹਿਲਾਂ ਉਹਨਾਂ ਦੀ ਹਕੂਮਤ ਹੁੰਦੀ ਹੈ ਧਰਮ ਮਗਰੋਂ ਹੁੰਦਾ। ਔਰ ਇਹ ਵੀ ਇੱਕ ਸੱਚਾਈ ਹੈ ਕਿ ਇੱਕ ਹਾਕਮ ਨੇ ਆਪਣੀ ਹਕੂਮਤ ਲਈ ਪੁੱਤ ਨੇ ਬਾਪ ਨੂੰ, ਬਾਪ ਨੇ ਪੁੱਤ ਨੂੰ, ਭਰਾ ਨੇ ਭਰਾ ਨੂੰ ਕਤਲ ਕੀਤਾ। ਸੋ ਅਜਿਹੇ ਖੁਦਗਰਜ਼ ਹਾਕਮਾਂ ਨੂੰ ਮੁੱਖ ਰੱਖ ਕੇ ਅਸੀਂ ਇਨਸਾਨੀਅਤ ਨੂੰ ਲੀ ਰੋਲੀ ਨਾ ਕਰੀਏ, ਅਸੀਂ ਮਾਨਤਾ ਨੂੰ ਜਿੰਦਾ ਰੱਖੀਏ। ਉਨ੍ਹਾਂ ਜੋ ਕਾਮ ਹੈ ਵੋ ਅਹਿਲੇ ਸਿਆਸਤ ਜਾਣੇ। ਮੇਰਾ ਪੈਗਾਮ ਜਾਂ ਹਮਾਰੇ ਸਿੱਖ ਸਾਂਝਾ ਦਾ ਪੈਗਾਮ ਮੁਹੱਬਤ ਹੈ ਜਹਾਂ ਤੱਕ ਪਹੁੰਚੇ। ਅਸੀਂ ਤਾਂ ਪੈਗਾਮ ਮੁਹੱਬਤ ਦਾ ਹਾਦੇ ਨਾਲ ਧਰਤੀ ਮਰੇਕੋੜ ਤੋਂ ਲੈ ਕੇ ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਪਹੁੰਚੇ ਹਾਂ, ਉਹ ਮੁਹੱਬਤ ਦਾ ਪੈਗਾਮ ਲਾ ਕੇ ਜਿਹੜਾ ਸਾਡੇ ਗੁਰੂ ਸਾਹਿਬਾਨ ਸ਼੍ਰੀ ਗੁਰੂ ਨਾਨਕ ਸਾਹਿਬ ਨੇ ਦਿੱਤਾ, ਭਾਈ ਮਰਦਾਨੇ ਨੂੰ ਨਾਂ ਰੱਖੇ, ਅਤੇ ਪੰਜਵੀਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਦਿੱਤਾ, ਸਾਈ ਮੀਆਂ ਮੀਰ ਜੀ ਤੋਂ ਸ਼੍ਰੀ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰਖਾ ਕੇ, ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ ਜਿਸ ਦਾ ਮੈਸੇਜ ਪੀਰ ਬੁੱਧੂ ਸ਼ਾਹ, ਗਨੀ ਖਾਨ, ਨਬੀ ਖਾਂ ਅਤੇ ਕੋਟਲਾ ਨਿਹੰਗ ਖਾਂ ਨੂੰ ਆਪਣੇ ਨਾਲ ਰੱਖੇ। ਤਾਂ ਦੋਵਾਂ ਜੋ ਕਮਿਊਨਿਟੀਆਂ ਨੇ, ਦੋਵੇਂ ਜੋ ਧਰਮ ਨੇ, ਉਹਨਾਂ ਦੇ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੀ ਸੰਦੇਸ਼? ਮੈਂ ਇਹੀ ਕਹਿਣਾ ਚਾਹੂੰਗਾ ਵੀ ਸਾਨੂੰ ਗੁਰੂ ਸਾਹਿਬ ਦੇ ਦਰਸਾਏ ਹੋਏ ਮਾਰਗ 'ਤੇ ਚੱਲਣਾ ਚਾਹੀਦਾ। ਜਿਸ ਸਾਂਝ ਦੀ ਸਥਾਪਨਾ ਧੰਨ ਧੰਨ ਸ਼੍ਰੀ ਗੁਰੂ ਸਾਹਿਬ ਨੇ ਕੀਤੀ ਹੈ, ਉਸ ਨੂੰ ਅੱਗੇ ਵਧਾਉਣਾ ਚਾਹੀਦਾ। ਦੇਖੋ, ਜਦੋਂ ਗੁਰੂ ਸਾਹਿਬ ਦਾ ਆਗਮਨ ਹੁੰਦਾ 15 ਅਪ੍ਰੈਲ 1469 ਨੂੰ ਰਾਏਪੁਰ ਦੀ ਤਲਵੰਡੀ ਵਿਖੇ, ਤਾਂ ਉੱਥੇ ਜਿਹੜਾ ਰਾਜਾ ਸੀ ਉਹ ਰਾਏਬਰਾਨ ਮੁਹੰਮਦ ਪੱਟੀ ਸੀ। ਉਸ ਸਮੇਂ ਇੱਕ ਮੁਸਲਮਾਨ ਦਾਈ ਦੌਲਤ ਨੂੰ ਸੱਦਿਆ ਜਾਂਦਾ ਗੁਰੂ ਸਾਹਿਬ ਦੇ ਆਗਮਨ 'ਤੇ,
तो जो कोई वितकरा होंगे तो क्यों बनाया जाता। तो इतिहास दसदा किताब है गुरु साहिबान ने मुसलमान मुरीद पन्ना नंबर 34 से गजनवाल सुखविंदर सिंह ने लिखी है कि जो दौलताई को बुलाया गया तो जी दौलताई से यह रिश्ते भाई मरदाने की मासी लगती थी तो अखों तो मनाखी भी सी। भाई मरदाने की उम्र उस वे लगभग 10 साल की थी जो गुरु साहब का आगमन होया तो दौलताई को बुलाया गया जो एक आगमन से गई। उस तो बाद जो भी दौलताई मत तृप्ता जी को जाती थी गुरु साहब नहाने तो आने या उन्होंने मार्च वगैरह कर लगी तो भाई मरदाने भी लान ले जाती थी। जो गुरु साहब गोदी च चकन जोगे हो गए हत्था चाहन जोगे तो भाई मरदाना बेबे नानकी जी तो गुरु साहब फड़ लैंदा तो गोदी चुके गलियां फिरदा रहिंदा घलाउंदा रहिंदा। ठीक है नी इस तरह ही पन्ना नंबर 38 ते लिखदे ने गजनवाला जी एक बार भाई मरदाने की जिहड़ी माता थी जिहदा नाम लखो बीबी सी वह पैसे कन्नी बहुत तंग सी तो वह भाई मरदाने आख रही थी किसी कोठा किसी पला मैनू आस तेरी अल्ला। नेड़े ही गुरु साहब अपने जंग संगी जवाकों नाल खेड रहे थे जंगी संगी जवाक से तो जदों गुरु साहब ने भाई मरदाने की माता के मुख चों यह बोल सुने तो उसनू कहा वाह असी भी अल्लाह का आसरा ही तकते हैं तो तुहाडा आसरा भी अल्लाह ही है सानू तो अल्लाह वाले की लोड़ है बहुत लोड़ है बीबी तू ऐ कर। ठीक है बीबी तू ऐ कर मैनू अपना पुत्र दे दे यानी कि धन धन श्री गुरु नानक साहब ने बाल अवस्था अंदर ही भाई मरदाना की माता तो भाई मरदाने अपने लिए मंग के सिख मुसलम सांझ की नींह रख दी सी। तो इस तो बड़ी गल यह है कि जदों गुरु साहब का आगम होंदा तो एक मुसलमान दाई दौलत गुरु सानू गुड़ती दिंदी है गुरु साहब के संसार च आने तो बाद जिहड़ी पहली चीज ढिड जाती है वह एक मुसलमान के हथों दाई दौलत हथों तत्ती गुड़ती सी। तो इस तो बड़ी सानू होर किसी सबूत की लोड़ है प्रमाण की लोड़ है साडी सांझ लई तां इत्थे मुस्लिम भाईचारे वालों लंगर लाया हो बड़ी खूबसूरत तस्वीर आ तां तुसीं वी नाल की कहना चाहुंगे। मैं जी अज जिहड़ा मन आ इन्हां भाईचारे ने मोह लिया सिख धर्म का जो अज देश च पोलीटिक्स दे हालात बनाए जा रहे ने आपां देखिया अज सिखण दी लोड़ आ एवें अगे आउणगे इंसान धर्म कोई भी माड़ा नहीं धर्म सब चंगा इंसानियत का नारा दिंदा अज उह दे रहे ने मियाँ जी। मैं कहना भी अज करारी चपेड़ आ जिहड़ी गंदी डर्टी राजनीति कर रहे ने उन्हां दे मूँह ते करारी चपेड़ आ असीं इन्हां नूं नमस्कार दिलों एज ए इंसान के तौर पर करदे आ। इन्हां ने दस्सिया मियाँ जी ने भी इस्लाम का हुक्म नहीं सी एक हकूमत का जिवें अज भी चल रही आ आपदियां सियासत की हुकूमत दे मतलब काबज होण दियां नीतियां तीआं ना के इस्लाम धर्म सारे बराबर इंसान की इज्जत करते हैं सारे धर्म अज संदेशा दिता सानू बड़ी खुशी है बहुत बहुत धन्यवाद। इन्हां तां इह तस्वीरां बड़ियां खूबसूरत तस्वीरां ने मन नूं मोह लैण वालियां तस्वीरां ने जिथे छोटे साहिबजादियां बाबा जोरावर सिंह बाबा फतेह सिंह ते माता गुजर कौर जी नूं उस समय की सरकार वल्लों क्योंकि वजीद खान की सरकार सी उस समय तो उन्हां वल्लों नीहां दे विच चिणवा के शहीद कर दिता जांदा पर अज दे समय दे विच इह मुस्लिम भाईचारा इन्हां ने लंगर लाया तो सांझीवालता का संदेश दिता है उन्हां दे मूँह ते चपेड़ा करारी चपेड़ा जिहड़े धर्मां दे नाम ते लोकां नूं लड़ाउंदे ने धर्मां दे नाम ते लोकां नूं लड़ाउंदे ने ते समाज दे विच वंडियां पाउंदे ने। कैमरा परसन विक्रम दे नाल राजवीर सिंह प्रो पंजाब टीवी श्री फतेहगढ़ साहिब।